ਵੀ ਬਾਜੀ ਕਹਿੰਦੇ ਆ ਕਿ ਕਿਸੇ ਦੀ ਤੁਸੀਂ ਪ੍ਰਾਈਵੇਸੀ ਸ਼ੇਅਰ ਕਿਉਂ ਕਰਦੇ ਹੋ, ਜਾਣਕਾਰੀ ਵੀ ਦਿੰਦੇ ਹੋ ਅਤੇ ਪ੍ਰਾਈਵੇਸੀ ਵੀ ਹੈ ਨਾ ਸ਼ੇਅਰ ਕਰਦੇ ਹੋ। ਪ੍ਰਾਈਵੇਸੀ ਹੁੰਦੀ ਕੀ ਹੈ? ਪ੍ਰਾਈਵੇਸੀ ਉਹ ਹੁੰਦੀ ਹੈ ਜਿਹੜੀਆਂ ਕੁੜੀਆਂ ਨੱਚਦੀਆਂ, ਨਚਾਰਪੁਣਾ ਕਰਦੀਆਂ, ਕੰਜਰਖਾਨਾ ਕਰਦੀਆਂ। ਕੰਜਰਖਾਨਾ ਕਰਨਾ ਕੋਈ ਮਾੜੀ ਗੱਲ ਨਹੀਂ, ਕਰਦੀਆਂ ਕੁੜੀਆਂ, ਪੈਸੇ ਕਮਾਉਂਦੀਆਂ ਵੀ ਹੈ। ਚਲੋ ਜੀ, ਹਰੇਕ ਨੂੰ ਰੱਬ ਨੇ ਰਿਜ਼ਕ ਲਾਇਆ, ਰੋਟੀ ਲਾਇਆ, ਨੱਚੋ ਟੱਪੋ ਹੱਸੋ ਗਾਓ, ਕੋਈ ਦਿੱਕਤ ਵਾਲੀ ਗੱਲ ਨਹੀਂ। ਹਰ ਬੰਦਾ ਆਪਣੀ ਮਰਜ਼ੀ ਦੇ ਕਰਦਾ। ਉਹ ਮੈਂ ਤਾਂ ਇਨਫੋਰਮੇਸ਼ਨ ਦੇ ਕੇ ਪ੍ਰਾਈਵੇਸੀ ਸ਼ੇਅਰ ਕਰਦਾ। ਪਹਿਲੀ ਗੱਲ ਤਾਂ ਪ੍ਰਾਈਵੇਸੀ ਉਹ ਹੁੰਦੀ ਹੈ ਜੇਕਰ ਮੈਂ ਕਿਸੇ ਦੀ ਫੋਟੋ ਜਾਂ ਵੀਡੀਓ ਸ਼ੇਅਰ ਕਰਾਂ। ਹੁਣ ਚਲੋ ਇੱਕ ਪ੍ਰਾਈਵੇਸੀ ਹੋਰ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ, ਧਿਆਨ ਨਾਲ ਸੁਣਿਓ, ਠੀਕ ਹੈ? ਓਕੇ ਜੀ, ਹੋਲਡ ਕਰਿਓ। ਆਹ ਬਾਈ ਨੇ ਮੈਨੂੰ ਮੈਸੇਜ ਕੀਤਾ, ਅੱਜ ਇਹਦੀ ਮੈਂ ਪ੍ਰਾਈਵੇਸੀ ਸ਼ੇਅਰ ਕਰਨ ਲੱਗਿਆ, ਧਿਆਨ ਨਾਲ ਸੁਣਿਓ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਭਾਅ ਜੀ ਇੱਕ ਰਿਕੁਐਸਟ ਸੀ ਭਾਅ ਜੀ। ਭਾਅ ਜੀ ਮੇਰੀ ਨਾ ਅਪੋਇੰਟਮੈਂਟ ਆ ਭਾਅ ਜੀ 5 ਤਰੀਕ ਦੀ। ਭਾਅ ਜੀ ਮੇਰੇ ਕੋਲੋਂ ਨਾ ਮਲੇਸ਼ੀਆ ਚੋਪਨੀ ਹੈਗੀ ਜੀ, ਅਤੇ ਮੈਂ ਭਾਅ ਜੀ ਬੋਟ ਦੇ ਜ਼ਰੀਏ ਥਾਈਲੈਂਡ ਤਾਂ ਨਹੀਂ ਆਇਆ ਸੀ। ਅਤੇ ਭਾਅ ਜੀ ਦੱਸਿਓ ਇਮੀਗ੍ਰੇਸ਼ਨ ਇਕੱਲਾ ਜਾ ਸਕਦਾ? ਭਾਅ ਜੀ ਮੈਂ ਭਾਅ ਜੀ ਅਪੋਇੰਟਮੈਂਟ 5 ਤਰੀਕ ਦੀ ਲੈ ਲਈ ਸੀ, ਅਤੇ ਮੈਨੂੰ ਭਾਅ ਜੀ ਏਜੰਟ ਕਹੀ ਜਾਂਦਾ ਵੀ ਆਪਣਾ ਜੋ ਮਰਜ਼ੀ ਹੋ ਜਾਵੇ ਏਜੰਟ ਖੜ੍ਹਨਾ ਹੀ ਪੈਣਾ ਵਾ। ਭਾਅ ਜੀ ਦੱਸਿਓ ਭਾਅ ਜੀ ਕੋਈ ਮੁਸ਼ਕਿਲ ਕਿ ਨਹੀਂ ਆਊਗੀ? ਭਾਅ ਜੀ ਪਲਾਨ ਉਸ ਤੋਂ ਬਾਅਦ ਮੈਂ ਭਾਅ ਜੀ ਕੀ ਐਡਵਾਈਸ ਦਿੱਤੀ, ਇਹ ਵੀ ਦੱਸਦਾ ਮੈਂ, ਠੀਕ ਹੈ? ਖੜ੍ਹਨਾ ਪੈਣਾ, ਮੇਰੇ ਵੀ ਨਾ ਖੜ੍ਹਨਾ ਪੈਣਾ, ਨਾ ਬੈਠਣਾ ਪੈਣਾ, ਚੁੱਪ ਕਰਕੇ ਲੈ ਕੇ ਵਾਹਿਗੁਰੂ ਦਾ ਨਾਮ ਜਾਓ। ਕੋਈ ਨਹੀਂ ਉੱਥੇ ਪਰੇਸ਼ਾਨ ਕਰਦਾ, ਮਾੜੇ ਮੋਟੇ ਸਵਾਲ ਤਾਂ ਪੁੱਛਣੇ ਪੁੱਛਣੇ ਉਹਨਾਂ ਨੇ, ਉਹ ਤਾਂ ਵਿਚਾਰੀ ਗੱਲ ਆ ਕਿ ਮੇਰੇ ਵੀ ਇਮੀਗ੍ਰੇਸ਼ਨ ਹੈ, ਅਤੇ ਬਾਕੀ ਟੈਨਸ਼ਨ ਵਾਲੀ ਕੋਈ ਗੱਲ। ਭਾਅ ਜੀ ਠੀਕ ਹੈ, ਥੈਂਕ ਯੂ ਭਾਅ ਜੀ, ਪਲੀਜ਼ ਧੰਨਵਾਦ। ਯਾਰ ਇੰਨੇ ਉੱਥੇ ਮੁੰਡੇ ਕੁੜੀਆਂ ਹੋਰ ਹੋਣਗੇ, ਕੋਈ ਨਾ ਕੋਈ ਪਾਕਿਸਤਾਨੀ ਉੱਥੇ ਹੀ ਮਿਲ ਜਾਣਾ, ਉਹਨੂੰ ਕਹਿ ਦੀ ਯਾਰ ਬਾਈ ਮੇਰੀ ਹੈਲਪ ਕਰ ਦੇ, ਜੇ ਤੈਨੂੰ ਮਲਾਈ ਆਉਂਦੀ ਹੈ ਤਾਂ ਨੋ ਪ੍ਰੋਬਲਮ। ਓਕੇ, ਮੈਂ ਵੀਡੀਓ ਬਣਾਈ ਹੋਈ ਹੈ ਇੱਕ, ਉਹਦੇ 'ਤੇ ਅਪੁਆਇੰਟਮੈਂਟ ਦੇ ਉੱਤੇ ਤੁਹਾਨੂੰ ਮੈਂ ਚੀਜ਼ ਦਿਖਾਉਂਦਾ। ਆਹ ਬਲੌਗ ਬਲੂਗ 'ਤੇ ਆਪਾਂ ਮਤਲਬ ਬਣਾਉਂਦੇ ਰਹੀਦੇ ਨਾ, ਆਹ ਬਣਾਈ ਹੋਈ ਹੈ ਵੀਡੀਓ ਮੈਂ ਕਿ ਅਪੁਆਇੰਟਮੈਂਟ ਤੁਸੀਂ ਕਿਵੇਂ ਲੈਣੀ ਹੈ। ਪ੍ਰਾਈਵੇਸੀ ਉਸ ਚੀਜ਼ ਨਾਲ ਸ਼ੇਅਰ ਹੁੰਦੀ ਹੈ ਜੇਕਰ ਮੈਂ ਕਿਸੇ ਦੀ ਫੋਟੋ ਜਾਂ ਵੀਡੀਓ ਲਾਵਾਂ। ਇੱਦਾਂ ਨਹੀਂ ਹੁੰਦੀ ਕਿ ਮੈਂ ਕਿਸੇ ਦੀ ਇਨਫੋਰਮੇਸ਼ਨ ਦੇਵਾਂ। ਇਹ ਇੱਕ ਨਾ ਉਹ ਹੁੰਦਾ ਇੱਕ, ਮਤਲਬ ਜਿਵੇਂ ਆਪਾਂ ਕਿਸੇ ਦੀ ਕੋਈ ਆਵਾਜ਼ ਸੁਣਾਉਂਦੇ ਹਾਂ, ਆਡੀਓ ਵੀਡੀਓ ਸੁਣਾਉਂਦੇ ਹਾਂ, ਉਹਦੇ ਨਾਲ ਲੋਕਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ, ਜਾਣਕਾਰੀ ਮਿਲਦੀ ਹੈ, ਐਜੂਕੇਸ਼ਨ ਮਿਲਦੀ ਹੈ ਕਿ ਬਈ ਸਾਡੇ ਨਾਲ ਫਰੋਡ। ਇਹਨੂੰ ਮੁੰਡੇ ਨੂੰ ਹੁਣ ਏਜੰਟ ਨੇ ਡਰਾਇਆ ਹੋਇਆ ਸੀਗਾ ਕਿ ਯਾਰ ਜੇ ਤੂੰ ਉੱਥੇ ਗਿਆ ਤੈਨੂੰ ਚੱਕ ਲੈਣਾ, ਤੂੰ ਉੱਧਰੋਂ ਆਇਆ ਥਾਈ ਹੈ, ਕੋਈ ਸਿਰਦਰਦੀ ਨਹੀਂ, ਕੋਈ ਟੈਨਸ਼ਨ ਨਹੀਂ। ਸਰਕਾਰ ਨੇ ਖੁਦ ਆਪਦੇ ਮੂੰਹੋਂ ਬਿਆਨ ਦਿੱਤਾ ਹੋਇਆ ਹੈ ਕਿ ਤੁਸੀਂ ਸਰੈਂਡਰ ਕਰੋ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ। ਮਲੇਸ਼ੀਆ ਦੀ ਰਿਸਪੈਕਟਡ ਇਮੀਗ੍ਰੇਸ਼ਨ ਨੇ ਇਹ ਗੱਲ ਆਖੀ ਹੋਈ ਹੈ ਕਿ ਤੁਸੀਂ ਚਾਹੇ ਪਹਿਲਾਂ ਆਊਟ ਪਾਸ ਲਵਾ ਕੇ ਗਏ ਹਾਂ, ਚਾਹੇ ਜੋ ਮਰਜ਼ੀ ਆ, ਵੱਟ ਐਵਰ, ਤੁਸੀਂ ਆਓ ਜੀ ਸਦ ਕੇ, ਤੁਹਾਨੂੰ ਕੋਈ ਟੈਨਸ਼ਨ ਨਹੀਂ, ਕੋਈ ਸਿਰਦਰਦੀ ਨਹੀਂ, ਅਤੇ ਆਪਾਂ ਤੁਹਾਡਾ ਆਊਟ ਪਾਸ ਲਵਾ ਕੇ ਦੇਵਾਂਗੇ। ਓਕੇ ਜੀ, ਹੁਣ ਗੱਲ ਕਰਦੇ ਹਾਂ ਆਪਾਂ ਏਜੰਟਾਂ ਦੇ ਉੱਤੇ ਜਿਹੜੇ ਜਾਂਦੇ ਆ ਨਾਲ। ਚਲੋ ਜਾਓ ਜੀ ਸਦ ਕੇ, ਹਰੇਕ ਬੰਦੇ ਨੂੰ ਮੈਂ ਪਹਿਲਾਂ ਵੀ ਉਹ ਗੱਲ ਕਹਿੰਦਾ, ਰਿਜ਼ਕ ਲੱਗਿਆ ਹੋਇਆ, ਢਿੱਡ ਲੱਗਿਆ ਹੋਇਆ, ਹੈ ਨਾ, ਹਰੇਕ ਨੇ ਆਪਣੀ ਕਮਾਈ ਕਰਨੀ ਹੈ, ਪਰ ਡਰਾ ਕੇ ਨਹੀਂ ਲੋਕਾਂ ਨੂੰ ਦੱਸ ਦਿਓ ਕਿ ਬਈ ਹਾਂ ਜੀ ਅਸੀਂ ਚੱਲੇ ਹਾਂ, ਆਹ ਸਾਡਾ ਗੱਡੀ ਦਾ ਖਰਚਾ ਹੋਣਾ ਹੈ, ਆਹ ਸਾਡੀ ਦਿਹਾੜੀ ਲੱਗਣੀ ਹੈ, ਇੰਨਾ ਕੁ ਬਈ ਅਸੀਂ ਤੇਰੇ ਕੋਲੋਂ ਲੈਣੇ ਆ। ਸਿੰਪਲ ਗੱਲ ਹੈ, ਇਹਦੇ ਵਿੱਚ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਅਤੇ ਕੋਈ ਮੈਨੂੰ ਵੀ ਕਵੇ ਨਾ, ਮੈਂ ਵੀ ਇਹੀ ਗੱਲ ਕਹਿਣੀ ਹੈ ਕਿ ਬਈ ਮੈਂ ਲੈਣਾ ਹੈ। ਆਊਟ ਪਾਸ ਲੱਗੇ ਨਾ ਲੱਗੇ, ਪਰ ਡੇ ਦੇ ਹਿਸਾਬ ਨਾਲ ਆਪਾਂ ਤਾਂ ਲੈਣੀ ਪੇਮੈਂਟ, ਹੈ ਨਾ, ਉਹ ਤਾਂ ਚਲੋ ਇੱਕ ਸਿੰਪਲ ਜੀ ਗੱਲ ਹੈ। ਅਤੇ ਬਾਕੀ ਹੁਣ ਬਾਲੀ ਮੈਂ ਕੋਈ ਜ਼ਿਆਦਾ ਲੈਕਚਰਬਾਜ਼ੀ ਨਹੀਂ ਕਰਦਾ, ਸਿੰਪਲ ਜੀ ਗੱਲ ਹੈ, ਜਦੋਂ ਮਰਜ਼ੀ ਜਾਓ ਜੀ ਸਦ ਕੇ ਜਾਓ। ਪੂਰੇ ਮਲੇਸ਼ੀਆ ਦੇ ਵਿੱਚ ਕਿਸੇ ਵੀ ਇਮੀਗ੍ਰੇਸ਼ਨ ਦੇ ਵਿੱਚ ਜਿੱਥੇ ਇਹ ਹੁੰਦੀ ਹੈ, ਮਤਲਬ ਆਊਟ ਪਾਸ ਲੱਗ ਰਹੇ ਆ, ਜਿੱਥੋਂ ਜਿੱਥੋਂ ਦੀ ਅਪੁਆਇੰਟਮੈਂਟ ਮਿਲ ਰਹੀ ਹੈ ਉੱਥੇ ਜਾਓ, ਆਪਣੇ ਆਪ ਖੁਦ ਅਪੁਆਇੰਟਮੈਂਟ ਲਵੋ ਯਾਰ, ਫ੍ਰੀ ਦੇ ਵਿੱਚ ਹੈ ਸਾਰਾ ਕੁਛ। 500 ਰਿੰਗਟ ਫਾਈਨ ਪੇ ਕਰਨਾ, ਇੰਸਟਾ ਪੇ ਦਾ ਕਾਰਡ ਬਣਾ ਲਓ ਜਾਂ ਟੱਚ ਐਂਡ ਗੋ ਦਾ ਈ ਵਾਲਟ ਬਣਾਉਣਾ ਹੈ, ਉਹ ਮੈਂ ਸਾਰਾ ਕੁਛ ਦੱਸ ਹੀ ਚੁੱਕਿਆ, ਬੜਾ ਮੈਂ ਟਾਈਮ ਵੇਸਟ ਤੁਹਾਡਾ ਕਰਨ ਨਹੀਂ ਚਾਹੁੰਦਾ ਗਾ। ਅਤੇ ਬਾਕੀ ਕੋਈ ਹੋਰ ਗੱਲਬਾਤ ਹੋਈ ਤਾਂ ਠੀਕ ਹੈ ਜੀ। ਬਾਕੀ ਆਹ ਬੀਬਾ ਰਾਣੀ ਨੂੰ ਮਤਲਬ ਮੈਂ ਜਸਟ ਇੱਕ ਸਿੰਪਲ ਬਣਾਈ ਸੀ ਵੀਡੀਓ, ਕੋਈ ਇਹ ਨਾ ਹੋਵੇ ਕਿਤੇ ਜਾ ਕੇ ਉਹਦੇ 'ਤੇ ਜਾ ਕੇ ਕੋਈ ਹੈ ਨਾ ਗਲਤ ਮੈਸੇਜ ਨਾ ਕਰਨ ਲੱਗ ਜਾਓ ਪਲੀਜ਼, ਕਿਉਂਕਿ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਰਹੇ, ਆਪਾਂ ਜਸਟ ਇੱਕ ਸਿੰਪਲ ਜੀ ਜਸਟ ਇੱਕ ਨੋਰਮਲੀ ਬਣਾ ਲਈ ਸੀ ਕਿ ਬੀਬਾ ਨੂੰ ਮੈਂ ਰਿਪਲਾਈ ਦੇਣ ਦੇ ਲਈ, ਕਿਉਂਕਿ ਮੈਨੂੰ ਰਿਪਲਾਈ ਵੈਸੇ ਮੈਂ ਦਿੱਤਾ ਉਹਦੇ 'ਤੇ ਮੈਸੇਜ 'ਤੇ, ਉਹ ਦਿੱਤਾ ਨਹੀਂ ਜਾਣਾ ਸੀ ਸਹੀ ਤਰੀਕੇ ਨਾਲ, ਵੈਸੇ ਰਿਪਲਾਈ ਦਿੱਤਾ ਸੀਗਾ, ਪਰ ਉਹ ਮੈਸੇਜ 'ਤੇ ਆ ਮੈਸੇਜ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਟ ਹੋ ਜਾਂਦਾ। ਠੀਕ ਹੈ ਜੀ, ਥੈਂਕ ਯੂ।